ਜਾਨ ਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਕਰ ਦਿੱਤਾ ਜਾਂ ਫਿਰ ਦਰਿਆਵਾਂ ਨਹਿਰਾਂ ਚ ਰੋੜ ਦਿੱਤਾ, ਸਾਨੂੰ ਇਹਨਾਂ ਦੇ ਨਾਮ ਤੇ ਪਤੇ ਦੱਸੋ। ਬਦਲੇ ਚ ਜ਼ਾਲਮ ਸਰਕਾਰ ਨੇ ਤੇ KPS ਗਿੱਲ ਨੇ, ਉਹਨਾਂ ਦਾ ਜਵਾਬ ਸੀ ਕਿ ਜੇ ਸਾਨੂੰ 25,000 ਲਾਸ਼ਾਂ ਦਾ ਹਿਸਾਬ ਦੇਣਾ ਪੈਣਾ ਹੈ ਤਾਂ ਉਸ ਦੇ ਬਦਲੇ ਚ ਇਹ 25,000 ਇੱਕ ਵੀ ਹੋ ਸਕਦੀਆਂ ਨੇ। ਇਹ ਧਮਕੀ ਸਿੱਧੀ ਦੇ ਸਿੱਧੀ ਭਾਈ ਜਸਵੰਤ ਸਿੰਘ ਖਾਲੜਾ ਜੀ ਕੇ ਉਹਨਾਂ ਨੇ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਉਹਨਾਂ ਦੇ ਘਰ ਤੋਂ ਗੱਡੀ ਧੋਂਦਿਆਂ ਨੂੰ ਚੁੱਕ ਕੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਸ਼ਹੀਦ ਕਰਕੇ ਪੂਰੀ ਕੀਤੀ। ਸੋ ਸਾਨੂੰ ਲੋੜ ਹੈ, ਮੈਂ ਥੋੜ੍ਹੀ ਜਿਹੀ ਜਾਣਕਾਰੀ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ। ਸੋ ਸਾਨੂੰ ਲੋੜ ਹੈ ਕਿ ਅਸੀਂ ਸਾਰੇ ਉਹਨਾਂ ਦਾ ਸਾਥ ਦਈਏ। ਇਹ ਸਾਡੀ ਸੀਟ ਪੰਥਕ ਸੀਟ ਹੈ, ਆਮ ਲੋਕਾਂ ਦੀ ਸੀਟ ਹੈ, ਇਹ ਕਿਸੇ ਇੱਕ ਇਹ ਸਾਰਿਆਂ ਦੀ ਸਾਂਝੀ ਸੀਟ ਹੈ, ਇਹ ਕਿਸੇ ਨਾ ਕਿ ਇੱਕ ਪਾਰਟੀ ਦੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਉਹਨਾਂ ਨੇ ਸ਼ਹਾਦਤ ਦਿੱਤੀ ਉਹਦੇ ਬਾਰੇ ਮੇਰੇ ਵੀਰ ਰਵੀ ਜੀ ਨੇ ਜਾਣਕਾਰੀ ਦਿੱਤੀ। ਜੋ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦਾ ਲਿਟਰੇਚਰ ਆ, ਕੁਛ ਆਪਣਾ ਪੈਫਲੇਟ ਆਏ ਨੇ। ਇੱਕ ਬੇਨਤੀ ਆਪ ਜੀ ਨੂੰ ਕਿ ਆਪਾਂ 19 ਤਰੀਕ ਵਾਲੇ ਦਿਨ ਨੂੰ ਬੀਬੀ ਖਾਲੜਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੀਏ ਅਤੇ ਇਹ ਬਾਕੀ ਪਾਰਟੀਆਂ ਨੂੰ ਦੱਸ ਦਈਏ ਕਿ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦੀ ਕੀ ਕਦਰ ਹੁੰਦੀ ਆ। PDA ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਦੇ ਅਤੇ ਸਾਰੇ ਹੀ ਧਰਮੀ ਤੇ ਕੁਰਬਾਨੀ ਵਾਲੇ ਲੋਕਾਂ ਦੇ ਉਹਨਾਂ ਦੇ ਨਾਲ PDA ਦੇ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ। ਮੇਰਾ ਛੋਟਾ ਵੀਰ ਅਮਰਜੀਤ ਸਿੰਘ ਜੀ ਕਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਟੀਮ, ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ। ਭਾਵੇਂ ਗਰੀਬਾਂ ਦੇ ਮੁੱਦੇ ਹੋਣ, ਭਾਵੇਂ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਿਆਦਤੀ ਹੁੰਦੀ ਹੋਵੇ, ਇਹ ਹਮੇਸ਼ਾ ਹੀ ਆਪਣੀ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਜਿੱਥੇ ਲੋੜ ਹੁੰਦੀ ਆ ਪਹੁੰਚਦੇ ਆ। ਤਾਂ ਸਰਦਾਰ ਰਣਜੀਤ ਸਿੰਘ ਪਰੰਪਰਾ ਦਾ ਉਹ ਕਿਸੇ ਜਾਣ ਤੇ ਪਹਿਚਾਣ ਦੇ ਮੁਹਤਾਜ ਨਹੀਂ। ਜੋ ਉਹਨਾਂ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸੇਵਾ ਕੀਤੀ ਉਹ ਵੀ ਕਿਸੇ ਤੋਂ ਲੁਕੀ ਨਹੀਂ, ਜੋ ਉਹਨਾਂ ਨੇ ਵਿਕਾਸ ਪ੍ਰਾਪਤ ਕਰਦੀਆਂ ਨੇ। ਔਰ ਅਸੀਂ ਇਹ ਵਾਅਦੇ ਨਾ ਕਰ ਕਹਿੰਦੇ ਆ ਅਸੀਂ ਕਿਸੇ ਨੂੰ ਭੁੱਕੀ ਨਹੀਂ ਦੇਣੀ, ਅਸੀਂ ਇੱਕ ਚਾਹ ਵੀ ਪਿਲਾ ਦਾਂਗੇ, ਅਸੀਂ ਸ਼ਰਾਬ ਦੀ ਗਲਾਸੀ ਨਹੀਂ ਦੇਣੀ, ਅਸੀਂ ਅਣਖ ਦੇ ਨਾਲ ਵੋਟ ਲੈ ਕੇ ਅਸੀਂ ਅਣਖ ਦੇ ਨਾਲ ਆਪਣੇ ਭੈਣ ਜੀ ਨੂੰ ਬੜੇ ਸਤਿਕਾਰ ਦੇ ਨਾਲ ਪਾਰਲੀਮੈਂਟ 'ਚ ਭੇਜਾਂਗੇ। ਜਦੋਂ ਸਾਡੀ ਭੈਣ ਜੀ ਜਿੱਤ ਕੇ ਜਾਏਗੀ ਤਾਂ ਤੁਹਾਡੇ ਆਵਾਜ਼ ਬੁਲੰਦ ਕਰੇਗੀ। ਸਿੱਖੀ ਦਾ ਪ੍ਰਚਾਰ ਲੈ ਕੇ ਜਾ ਰਹੀ ਆ। ਜਦੋਂ ਸਾਹਿਬ ਕਾਂਸ਼ੀ ਰਾਮ ਪਹਿਲੀ ਵਾਰ ਹੁਸ਼ਿਆਰਪੁਰ ਤੋਂ ਜਿੱਤ ਕੇ ਗਏ ਪਾਰਲੀਮੈਂਟ ਦੇ ਅੰਦਰ, ਉਹਨਾਂ ਨੂੰ ਪੁੱਛਿਆ ਗਿਆ ਸਪੀਕਰ ਵੱਲੋਂ ਵੀ ਤੁਹਾਡਾ ਚੋਣ ਮੈਨੀਫੈਸਟੋ ਕੀ ਆ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਹਾਡੀ ਕੀ ਵਿਚਾਰਧਾਰਾ ਹੈ। ਤਾਂ ਸਾਹਿਬ ਕਾਂਸ਼ੀ ਰਾਮ ਨੇ ਇੱਕੋ ਹੀ ਗੱਲ ਉਹਨਾਂ ਨੂੰ ਬੋਲੀ ਸੀ ਪਾਰਲੀਮੈਂਟ ਦੇ ਅੰਦਰ, ਕਹਿੰਦਾ ਮੇਰਾ ਕੋਈ ਲੰਮਾ ਚੌੜਾ ਚੋਣ ਮੈਨੀਫੈਸਟੋ ਨਹੀਂ ਹੈਗਾ, ਮੇਰਾ ਚੋਣ ਮੈਨੀਫੈਸਟੋ ਆ 2 ਲਫ਼ਜ਼ਾਂ ਦਾ। ਉਹ 2 ਲਫ਼ਜ਼ ਕਿਹੜੇ ਸੀ? ਇੱਕ ਤੋਂ ਨਿਕਾ ਮੇਰਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ।
ਜਿਹੜਾ ਵਾ ਗੁਰੂ ਦੀ ਬਾਣੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਗਟ ਕਰ ਦਿੱਤਾ ਸਾਰੀ ਦੁਨੀਆਂ 'ਚ ਕਿ ਕਿਵੇਂ ਇਹਨਾਂ ਦੋਵਾਂ ਨੇ ਰਲ ਮਿਲ ਕੇ ਜੋ ਸਿੱਖੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਵੀ ਬਦਵੀ ਹੋਈ ਆਪ ਸਭ ਨੂੰ ਪਤਾ ਹੈ। ਪਰ ਗੁਰਮੁਖ ਪਿਆਰਿਓ ਇੱਕ ਖੁਸ਼ੀ ਦੀ ਇਹ ਗੱਲ ਹੈ ਵੀ ਕੱਲ੍ਹ ਇੱਥੇ ਭਾਈ ਰਵਿੰਦਰ ਸਿੰਘ ਬ੍ਰਹਮਪੁਰਾ, ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਵੱਲੋਂ, ਕਿਉਂਕਿ ਜਿਵੇਂ ਕਿਸੇ ਦਾ ਥਾਣ ਹੈ ਵੀ ਸਵੇਰ ਦਾ ਭੁੱਲਿਆ ਘਰ ਸ਼ਾਮ ਨੂੰ ਆ ਜਾਵੇ ਤਾਂ ਲੋਕ ਉਹਨੂੰ ਭੁੱਲਿਆ ਨਹੀਂ ਕਹਿੰਦੇ। ਇਸ ਕਰਕੇ ਬੜੀ ਖੁਸ਼ੀ ਦੀ ਗੱਲ ਉਹਨਾਂ ਨੇ ਇੱਕ ਗੱਲ ਕਹੀ ਸੀ ਕੱਲ੍ਹ ਭਾਈ ਅਮਰਜੀਤ ਸਿੰਘ ਕਾਲਾ ਦੇ ਘਰੇ ਸਰਪੰਚ ਸਾਹਿਬ ਦੇ। ਉਹ ਕਹਿੰਦੇ ਵੀ ਜਦੋਂ ਅਰਜਨ ਨੂੰ ਪੁੱਛਿਆ ਵੀ ਇਹ ਦੱਸ ਵੀ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰਨਾ ਅਤੇ ਦੱਸ ਮੱਛੀ ਦੀਦੀ ਹੈ, ਅਤੇ ਅਰਜਨ ਮਹਾਬਲੀ ਨੇ ਇੱਕ ਗੱਲ ਕਹੀ ਸੀ ਕਹਿੰਦਾ ਹੁਣ ਮੱਛੀ ਨਹੀਂ ਦੀਦੀ, ਹੁਣ ਉਹਦੀ ਅੱਖ ਹੀ ਦੀਦੀ ਹੈ ਮੈਨੂੰ। ਅਤੇ ਕੱਲ੍ਹ ਉਹਨਾਂ ਨੇ ਇਹ ਗੱਲ ਕਿਹਾ ਸੀ ਵੀ ਸਾਨੂੰ ਹੁਣ ਬੀਬੀ ਖਾਲੜਾ ਦਿਸਣੀ ਚਾਹੀਦੀ, ਕਿਉਂ ਕਿ ਗੁਰਮੁਖ ਪਿਆਰਿਓ ਕੋਹ ਕੋਹ ਕੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਸ਼ਹੀਦ ਕੀਤਾ। ਅਤੇ ਕਸੂਰ ਪਤਾ ਕੀ ਸੀ, ਜਿਹੜੇ ਨੌਜਵਾਨ ਫੜ ਫੜ ਕੇ ਅਤੇ ਨਜਾਇਜ਼ ਗੁਰਮੁਖ ਪਿਆਰਿਓ ਸਿੰਘ ਸ਼ਹੀਦ ਕਰਾ ਕੇ ਲਾ ਵਾਰਸ ਲਾਸਾਂ ਕਹਿ ਕੇ ਸਤਿਕਾਰ ਕੀਤੇ ਸੀ, ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਨੇ ਗੁਰੂ ਦੀ ਕਿਰਪਾ ਅਤੇ ਗੁਰੂ ਦੀ ਸੰਗਤ ਦਾ ਸਦਕਾ ਉਹ ਗੁਰਮੁਖ ਪਿਆਰਿਓ ਸੱਚ ਸਾਹਮਣੇ ਗੱਲ ਕੀਤੀ। ਪਰ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਜੀ ਦੀ ਬਾਣੀ ਪਤਾ ਗੁਰਮੁਖ ਪਿਆਰਿਓ ਦੱਸ, ਅਤੇ ਜੇ ਇੱਕ ਵੀ ਗੁਰਮੁਖ ਪਿਆਰਿਓ ਕਿਤੇ ਲੱਗ ਗਿਆ ਨਾ ਗਲਤ ਤਾਂ ਹੋਰ ਕਿਤੇ ਜਾ ਲੱਗਦਾ, ਫਿਰ ਆਪਾਂ ਕਹਿੰਦੇ ਜੀ ਮਾਫ਼ ਕਰਿਓ ਤੁਹਾਨੂੰ ਲੱਗ ਗਿਆ। ਜਿਹਦੇ ਗੁਰਮੁਖ ਪਿਆਰਿਓ ਬਿਲਕੁਲ ਨੰਬਰ ਸਹੀ ਹੋ ਗਏ ਨਾ, ਉਹਨੂੰ ਸਭ ਪਤਾ ਵਾ ਵੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਉੱਠ ਗਈ ਸਭਾ ਮਲੇਸ਼ ਕੀ ਕਰ ਪੂਰਾ ਪਸਾਰ, ਡੰਕਾ ਵਾਜੇ ਫਤਿਹ ਕਾ ਨੇ ਕਲੰਕ ਅਵਤਾਰ। ਨੇ ਕਲੰਕ ਅਵਤਾਰ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਨੂੰ ਕੋਈ ਕਲੰਕ ਨਹੀਂ। ਸੋ ਗੁਰਮੁਖ ਪਿਆਰਿਓ ਕਹਿਣ ਦਾ ਭਾਵ ਅਸੀਂ ਇਹਨਾਂ ਨੂੰ ਆਪਣੇ ਸਮਝਦੇ ਸੀ, ਦਾਸ ਨੂੰ ਜਿੰਨੀ ਕੁ ਸੋਝੀ ਹੈ ਆਪਣੇ ਨਗਰ ਤੋਂ ਵੀ ਪਿਆਰੇ ਆਏ ਨੇ ਜੀ ਆਇਆ, ਇਹਨਾਂ ਨੂੰ ਅਸੀਂ ਕਾਲੀ ਸਮਝਦੇ ਸੀ। ਪਰ ਗੁਰਮੁਖ ਪਿਆਰਿਓ ਜਿਵੇਂ ਘੁਮਿਆਰ ਨੇ ਇੱਕ ਖੋਤਾ ਰੱਖਿਆ ਸੀ ਅਤੇ ਉਹਨੂੰ ਗੁਰਮੁਖ ਪਿਆਰਿਓ ਪਰਾਲੀ ਪਾਈ ਆ, ਹਰੇ ਰੰਗ ਦੀਆਂ ਐਨਕਾਂ ਲਾਈਆਂ ਅਤੇ ਗੁਰਮੁਖ ਪਿਆਰਿਓ ਪਰਾਲੀ ਖਾਈ ਜਾਂਦਾ। ਦੂਸਰਾ ਘੁਮਿਆਰ ਆਇਆ, ਕਹਿੰਦਾ ਵੀ ਕੀ ਗੱਲ ਹੈ, ਤੇਰਾ ਜਿਹੜਾ ਖੋਤਾ ਬੜਾ ਤਗੜਾ ਹੈ ਪਰਾਲੀ ਖਾਈ ਜਾਂਦਾ, ਮੇਰਾ ਜਿਹੜਾ ਉਹ ਸਿੱਧੇ ਮੂੰਹ ਹੱਕ ਵੀ ਨਹੀਂ ਖਾਂਦਾ। ਉਹ ਕਹਿੰਦਾ ਗੱਲ ਇਹ ਆ ਵੀ ਇਹਨੂੰ ਐਨਕ ਜਿਹੜੀ ਹਰੇ ਰੰਗ ਦੀ ਲਾਈ ਆ, ਬਸ ਹਰੇ ਰੰਗ ਦੀ ਐਨਕ ਲੱਗੀ ਤੇ ਉਹ ਇਹਨੂੰ ਘਾਹ ਪੱਠੇ ਹਰਿਆ ਸਮਝ ਕੇ ਖਾਂਦਾ। ਸਾਡੇ ਅੱਖਾਂ ਤੇ ਇੱਕ ਐਨਕ ਲੱਗੀ ਸੀ ਵੀ ਇਹ ਪੰਥਕ ਨੇ, ਇਹ ਖਾਲਸਾ ਭਿੰਡਰਾਂ ਵਾਲੇ। ਸੋ ਹੋਰ ਸੰਗਤਾਂ ਆਈਆਂ, ਸਾਰਿਆਂ ਨੂੰ ਜੀ ਆਇਆਂ ਜਿੱਥੋਂ ਵੀ ਆਏ ਨੇ। ਨਾਵਾਂ ਵੱਲ ਨਹੀਂ ਆਪਾਂ ਜਾਣਾ, ਆਪਾਂ ਕੋਈ ਸ਼ੋਹਰਤ ਨਹੀਂ ਲੈਣੀ, ਆਪਾਂ ਲੈਣੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ। ਜਿੰਨੇ ਵੀ ਜਿੱਥੋਂ ਵੀ ਆਏ ਆ ਸਾਰਿਆਂ ਨੂੰ ਜੀ ਆਇਆਂ। ਆਓ ਬਾਬਾ ਗੁਰਭਜਨ ਸਿੰਘ ਕੀ ਕਹਿੰਦਾ ਸ਼ਹੀਦ। ਫੁੱਲਾਂ ਲਾਏ ਜ਼ਖਮ ਨੇ ਸਾਨੂੰ, ਫੁੱਲਾਂ ਲਾਏ ਜ਼ਖਮ ਨੇ ਸਾਨੂੰ, ਵੱਧ ਕੇ ਖਾਰਾਂ ਤੋਂ ਬਚ ਕੇ ਰਹਿਣਾ ਮਿੱਤਰੂ,
ਬਾਦਲ ਜੇ ਗਦਾਰਾਂ ਤੋਂ ਬਚ ਕੇ ਰਹਿਣਾ ਮਿੱਤਰੂ ਕੌਮ ਦੇ ਗਦਾਰਾਂ ਤੋਂ ਖੁਦ ਮੰਜ਼ਲਾਂ ਤੋਂ ਭਟਕੇ ਰਾਹ ਦੂਜਿਆਂ ਨੂੰ ਦੱਸਦੇ ਨੇ ਜਿਹਾਂ ਗਦਾਰਾਂ ਤੋਂ ਬਚ ਬਚ ਕੇ ਰਹਿਣਾ ਮਿੱਤਰੂ ਕੌਮ ਦੇ ਗਦਾਰਾਂ ਤੋਂ ਝੂਠੀਆਂ ਕਸਮਾਂ ਝੂਠੇ ਵਾਦੇ ਸ਼ਰਮ ਨਹੀਂ ਇਨਸਾਨਾਂ ਨੂੰ ਝੂਠੀਆਂ ਕਸਮਾਂ ਝੂਠੇ ਵਾ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿ ਲਕਸ਼ਣਾਂ ਦੇ ਦਿਨ ਜਿਹੜੇ ਆ ਗਏ ਆ ਲਕਸ਼ਣਾਂ ਦੀ ਮਹਿਮ ਜਿਹੜੀ ਜ਼ੋਰਾਂ 'ਤੇ ਚੱਲ ਰਹੀ ਆ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਕੈਂਡੀਡੇਟਾਂ ਦੇ ਚੋਣ ਜਲਸੇ ਕਰ ਰਹੀਆਂ ਕਿਉਂਕਿ 17ਵੀਂ ਜਿਹੜੀ ਇਲੈਕਸ਼ਨ ਆ ਤੁਸੀਂ ਲੜਨ ਜਾ ਰਹੇ ਜੋ ਇਹਦੇ ਤੋਂ ਪਹਿਲਾਂ ਤੁਸੀਂ ਜਾਣਦੇ ਇੱਥੇ ਅੰਗਰੇਜ਼ ਸਾਡੇ 'ਤੇ ਰਾਜ ਕਰਿਆ ਕਰਦੇ ਸੀ ਸਾਡੇ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਉੱਠੇ ਜਿਨ੍ਹਾਂ ਦੇ ਅੰਦਰ ਸਾਡੇ ਹਿੰਦੁਸਤਾਨ ਦਾ ਦਰਦ ਜਾਗਿਆ ਉਹਨਾਂ ਨੇ ਕਿਹਾ ਕਿ ਅਸੀਂ ਇੱਥੋਂ ਅੰਗਰੇਜ਼ ਜਿਹੜੇ ਸਾਡੇ ਦੇਸ਼ ਨੂੰ ਮੁਲਕ ਨੂੰ ਲੁੱਟੀ ਜਾਂਦੇ ਆ ਇਹਨਾਂ ਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਕਿਉਂਕਿ ਉਹਨਾਂ ਨੂੰ ਯੋਧਿਆਂ ਨੂੰ ਤੁਸੀਂ ਸਾਰੇ ਜਾਣਦੇ ਜੋ ਭਾਰਤੀਆਂ 'ਤੇ ਫਾਂਸੀਆਂ ਦੇ ਰੱਸੇ ਚੁੰਮ ਲਏ ਪਰ ਉਹਨਾਂ ਦਾ ਅੰਗਰੇਜ਼ਾਂ ਨੂੰ ਕੱਢਣ ਦਾ ਮਕਸਦ ਕੀ ਸੀ ਕਿ ਜਿਸ ਤਰ੍ਹਾਂ ਅੱਜ ਸਾਡੇ ਨਾਲ ਵਾਪਰਿਆ ਇਸ ਕਰਕੇ ਹੀ ਉਹ ਚਾਹੁੰਦੇ ਸੀ ਕਿ ਜਿਉਂ ਅੰਗਰੇਜ਼ ਚਲੇ ਜਾਣ ਸਾਨੂੰ ਜਿਸ ਤਰ੍ਹਾਂ ਅੰਗਰੇਜ਼ ਕਰਦੇ ਉਸ ਤਰ੍ਹਾਂ ਸਾਡੇ ਜਿਹੜੇ ਲੋਕ ਇੱਧਰ ਦੇ ਹੋਣਗੇ ਉਹ ਕਰੀ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਭਗਤ ਸਿੰਘ ਕਹਿੰਦੇ ਸੀ ਕਿ ਜੇ ਅੰਗਰੇਜ਼ ਇੱਥੋਂ ਚਲੇ ਜਾਣ ਅਤੇ ਇੱਥੇ ਕਿਸਾਨਾਂ ਮਜ਼ਦੂਰਾਂ ਦੇ ਹੱਥ ਵਾਂਗ ਡੋਰ ਆਵੇ ਅਤੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਨੌਜਵਾਨ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਸੁਧਰ ਸਕੇ ਕਿਉਂਕਿ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਸੀ ਛੋਟੇ ਕਿਸਾਨ ਦਾ ਬੱਚਾ ਮਜ਼ਦੂਰ ਦਾ ਬੱਚਾ ਪੱਲੇਦਾਰ ਦਾ ਬੱਚਾ ਉਸ ਸਕੂਲ ਦੇ ਅੰਦਰ ਪੜੂੰਗਾ ਪੜ੍ਹਨ ਤੋਂ ਬਾਅਦ ਜਿਹੜਾ ਵੱਧ ਤਰੱਕੀ ਕਰ ਲੈ ਸਾਨੂੰ ਕੋਈ ਗਿਲਾ ਨਹੀਂ ਹੋਊਗਾ ਕਰ ਦਿੱਤਾ ਸਾਡਾ ਜਿਹੜਾ ਵਾ ਸਾਡੇ ਜਿਹੜੇ ਕਿਸਾਨ ਆ ਉਹਨਾਂ ਨੂੰ ਮਾਰ ਕੇ ਰੱਖ ਦਿੱਤਾ ਉਹ ਇਸ ਕਰਕੇ ਵੋਟਾਂ ਪਾਈਆਂ ਜਾਣ ਜਾਂ ਕਾਂਗਰਸ ਜਿਹੜੇ ਘਰ ਘਰ ਹਰ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੀ ਗੱਲ ਕਰਦੇ ਸੀ ਭਰਾਓ ਕਦੀ ਸੋਚ ਕੇ ਵੇਖੋ ਨੌਕਰੀਆਂ ਕਿੱਥੇ ਮਿਲਦੀਆਂ ਸੀ ਆਹ ਤੁਹਾਡੇ ਸਾਹਮਣੇ ਹਸਪਤਾਲ ਆ ਨਾ ਕੋਈ ਡਾਕਟਰ ਨਾ ਕੋਈ ਨਰਸ ਜਦੋਂ ਇੱਥੇ ਕੋਈ ਦਵਾਈ ਦੇਣ ਵਾਲਾ ਨਹੀਂ ਜਦੋਂ ਇੱਥੇ ਫਾਰਮਾਸਿਸਟ ਭਰਤੀ ਨਹੀਂ ਕੀਤਾ ਜਾਣਾ ਡਾਕਟਰ ਭਰਤੀ ਨਹੀਂ ਕੀਤਾ ਜਾਣਾ ਉਸ ਵੇਲੇ ਸਾਡੇ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਣਾ ਤੇ ਤੁਹਾਨੂੰ ਕਿਸੇ ਨੂੰ ਗੋਲੀ ਕੈਪਸੂਲਾ ਇਲਾਜ ਨਹੀਂ ਮਿਲਣਾ ਪਰ ਇੱਥੇ ਨਾ ਸਾਡਾ ਜੇਈ ਭਰਤੀ ਹੋਣਾ ਨਾ ਬੇਲਦਾਰ ਭਰਤੀ ਹੋਣਾ ਨਾ ਐਕਸੀਐਨ ਭਰਤੀ ਹੋਣਾ ਜੇ ਸਾਡਾ ਸਕੂਲ ਵੇਚ ਦਿੱਤਾ ਜਾਣਾ ਨਾ ਸਾਡੇ ਧੀ ਨੇ ਟੀਚਰ ਲੱਗ ਸਕਣਾ ਨਾ ਸਾਡੇ ਮੁੰਡੇ ਨੇ ਟੀਚਰ ਲੱਗ ਸਕਣਾ ਤੇ ਜੇ ਪ੍ਰਾਈਵੇਟ 'ਚ ਲੱਗਣਾ ਉੱਥੇ 5000 2000 ਤੇ ਕੰਮ ਕਰਨਾ ਜਿੱਦਣ ਮਰਜ਼ੀ ਉਹਨੂੰ ਕੱਢ ਦੇਣਾ ਇਸ ਕਰਕੇ ਜਿੱਥੇ ਨੌਕਰੀ ਦੀ ਗਰੰਟੀ ਜਾਂਦੀ ਆ ਸਾਡੀਆਂ ਸਹੂਲਤਾਂ ਜਾਂਦੀਆਂ ਉੱਥੇ ਭਰਾਓ ਬਹੁਤ ਸਾਰੇ ਮੁੱਦੇ ਹੋਰ ਵੀ ਆ ਕਿ ਸਾਨੂੰ ਉਹ ਰੁਜ਼ਗਾਰ ਵੀ ਨਹੀਂ ਮਿਲਣਾ ਇਸ ਕਰਕੇ ਉਹ ਸਾਰਾ ਕੁਝ ਖੋ ਲਿਆ ਗਿਆ ਸਾਡੇ ਕੋਲੋਂ ਅੱਜ ਇੱਕ ਪਾਸੇ ਸਾਡੇ ਪੰਜਾਬ ਦੇ 2 ਮੁੱਖ ਮੰਤਰੀ ਰਹੇ ਆ ਬਰਾੜ ਤੇ ਬਾਦਲ ਉਹਨਾਂ ਦੇ ਪਰਿਵਾਰ ਦੇ ਇਲਾਜ ਲਈ 6 ਕਰੋੜ ਰੁਪਇਆ ਖਜ਼ਾਨੇ 'ਚੋਂ ਕੱਢਿਆ ਜਾ ਸਕਦਾ ਪਰ ਸਾਡੀ ਕਿਸੇ ਗਰੀਬ ਮਾਂ ਕਿਸੇ ਗਰੀਬ ਮਜ਼ਦੂਰ ਬਜ਼ੁਰਗ ਦੇ ਇਲਾਜ ਲਈ ਗੋਲੀ ਕੈਪਸੂਲ ਨਹੀਂ ਗਾ ਇਸ ਕਰਕੇ ਅੱਜ ਵਿਚਾਰਨਾ ਨਹੀਂ ਵੋਟਾਂ ਵੇਲੇ ਨਹੀਂ ਵਿਚਾਰਨਾ
ਤੇ ਭਰਾਓ ਕਿਹੜੇ ਵੇਲੇ ਵਿਚਾਰਨਾ। ਸਾਨੂੰ ਖੁਸ਼ੀ ਹੋਈ ਆ ਕਿ ਛਿਆਂ ਪਾਰਟੀਆਂ ਨੇ ਜਦੋਂ ਗਠਜੋੜ ਬਣਾ ਕੇ ਇਸ ਪਾਸੇ ਨੂੰ ਤੁਰੇ, ਜਦੋਂ ਚੋਣ ਕੀਤੀ ਉਹਦੇ ਵਿੱਚ ਜਦੋਂ ਪਾਰਟੀਆਂ ਦਾ ਵਖਰੇਵਾ ਸੀ ਥੋੜ੍ਹਾ ਜਿਹਾ, ਆਪਣੇ ਅਕਾਲੀ ਦਲ ਟਕਸਾਲੀ ਉਹਨਾਂ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ, ਉਹਨਾਂ ਨੇ ਬਹੁਤ ਹੀ ਸੋਚ ਸਮਝ ਕੇ ਆਉਂਦਾ ਵੀ ਨਾਲ ਇਸ ਬੀਬੀ ਪਰਮਜੀਤ ਕੌਰ ਖਾਲਸਾ ਦੀ ਹਮਾਇਤ ਕੀਤੀ ਆ, ਤੇ ਪਿੱਛੇ ਵੀ ਅਸੀਂ ਮਿਲ ਪੁਈ ਇਕੱਠੇ ਹੋਏ ਸਾਂ। ਅੱਜ ਵੀ ਉਹਨਾਂ ਦੀ ਸੋਚ ਆ ਕਿ ਅਸੀਂ ਸਾਰੀਆਂ ਸੀਟਾਂ ਦੇ ਉੱਤੇ ਘੱਟੋ ਘੱਟ ਇੱਕ ਉਮੀਦਵਾਰ ਬਣਾ ਕੇ ਉਹਦੇ 'ਤੇ ਲੜਾਈ ਵਾਲੇ ਪਾਸੇ ਨੂੰ ਅੱਗੇ ਵਧੀਏ, ਉਹਦੇ ਵਾਲੇ ਪਾਸੇ ਵੀ ਅੱਗੇ ਗੱਲ ਚੱਲੂਗੀ, ਪਰ ਇਸ ਲੜਾਈ ਨੂੰ ਅਸੀਂ ਅੱਗੇ ਖੜਨਾ ਚਾਹੁੰਦੇ ਹਾਂ ਇਹਨਾਂ ਬੇਨਤੀਆਂ ਨਾਲ ਕਿ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਵਿਅਕਤੀਗਤ ਤੌਰ ਦੇ ਉੱਤੇ ਵੀ ਕੁਰਬਾਨੀਆਂ ਵਾਲੇ ਆ, ਤੇ ਜਿਹੜੇ ਨੀਤੀਗਤ ਤੌਰ ਦੇ ਉੱਤੇ ਵੀ ਜਿੱਥੇ ਪੰਥਕ ਜਿਹਨ ਪੈਦਾਇਸ਼ ਤੂਕੀਆ ਸੋਈ ਦੇ ਆਧਾਰ ਕੱਟ ਮਾਲਕ ਜਲਾਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਪਾਓ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਰ ਪਾਇਆ ਸਦਾ ਨਾਨਕ ਜੀ ਅਰਦਾਸ। ਸਾਰੀ ਸੰਗਤ ਜੋ ਕਾਫੀ ਚਿਰ ਤੋਂ ਬੀਬੀ ਖਾਲਸਾ ਜੀ ਦੀ ਉਡੀਕ ਵਿੱਚ ਇੱਥੇ ਬੈਠੇ ਨੇ ਤੇ ਲੀਡਰ ਸਾਹਿਬਾਨ, ਮੈਂ ਉਹਨਾਂ ਸਭ ਨੂੰ ਜੀ ਆਇਆਂ ਕਹਿੰਦਾ ਹਾਂ। ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਆ, ਅਸੀਂ ਉਹਨਾਂ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਈੜੀ ਇਸ ਤਰ੍ਹਾਂ ਦੀ ਦਸ਼ਾ ਦੇਸ਼ ਦੀ ਏ, ਈੜੀ ਇਸ ਤਰ੍ਹਾਂ ਦੀ ਦਸ਼ਾ ਦੇਸ਼ ਦੀ ਏ, ਭਾਈ ਕਰਦੇ ਹਾਂ ਮਰਨ ਕਿਸਾਨ ਭੁੱਖੇ, ਲਾਲੇ ਸੂਦ ਦਰ ਸੂਦ ਦੇ ਲਾਂਦਿਆਂ ਵੀ ਬੈਠੇ ਹੋਏ ਨੇ ਵਿੱਚ ਦੁਕਾਨ ਭੁੱਖੇ, ਐਮ ਏ ਦਰ ਦਰ ਤੇ ਠੋਕਰਾਂ ਖਾਂਦੇ ਨੇ, ਬੀ ਏ ਪੜ੍ਹੇ ਹੋਏ ਨੌਜਵਾਨ ਭੁੱਖੇ, ਇਨਕਲਾਬ ਨਾ ਆਵੇ ਤੇ ਕੀ ਆਵੇ ਜਿਸ ਦੇਸ਼ ਦੇ ਕੁੱਲ ਇਨਸਾਨ ਭੁੱਖੇ। ਖਾਲਸਾ ਪੰਥ ਦੀ ਸਾਜਣਾ ਦਾ ਦਿਨ ਸੀ, ਸੋ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਪੰਥ ਖਾਲਸਾ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੈ। 1699 ਈਸਵੀ ਨੂੰ ਭਰੇ ਦੀਵਾਨ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਮਸ਼ੀਰੇ ਦਸਤ ਹੱਥ ਵਿੱਚ ਕਿਰਪਾਨ ਲਿਆ ਕੇ ਤੇ ਭਰੇ ਦੀਵਾਨ ਦੇ ਵਿੱਚ ਇੱਕ ਸਿੰਘ ਇੱਕ ਸਿਰ ਦੀ ਮੰਗ ਕੀਤੀ। ਸਭ ਤੋਂ ਪਹਿਲਾਂ ਭਾਈ ਦਇਆ ਰਾਮ ਖੱਤਰੀ ਜੋ ਹੋਰ ਦਾ ਸੀ ਉੱਠ ਕੇ ਉਹਨਾਂ ਆਖਿਆ ਸੀਸ ਹਾਜ਼ਰ ਆ, ਉਹਨਾਂ ਨੂੰ ਲੈ ਗਏ ਕਿਤੇ ਵੱਖਰੇ। ਉਸ ਤੋਂ ਬਾਅਦ ਉਹਨਾਂ ਖੂਨ ਨਾਲ ਲੱਥੀ ਹੋਈ ਕਿਰਪਾਨ ਫਿਰ ਆਏ ਦੁਬਾਰਾ ਤੇ ਉਹਨਾਂ ਆਖਿਆ ਇੱਕ ਸਿਰ ਦੀ ਹੋਰ ਲੋੜ ਆ। ਉਹ ਫਿਰ ਭਾਈ ਧਰਮ ਸਿੰਘ ਜੀ ਹੋਰੀ ਉੱਠੇ, ਇਸ ਤਰ੍ਹਾਂ ਵਾਰੀ ਵਾਰੀ ਪੰਜ ਸਿੰਘਾਂ ਨੇ ਸੀਸ ਦਿੱਤੇ ਤੇ ਆਪੇ ਗੁਰਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਹਨਾਂ ਨੇ ਜਿਹੜੀ ਰਸਮ ਚਲਾਈ ਆ। ਉਹਨਾਂ ਆਖਿਆ ਭਾਈ ਦਇਆ ਸਿੰਘ ਹੋਰਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਨੂੰ ਕੋਲੋਂ ਆਖਿਆ ਕਿ ਹੁਣ ਤੁਸੀਂ ਮੈਨੂੰ ਅੰਮ੍ਰਿਤ ਛਕਾਓ। ਉਹਨੇ ਆਖਿਆ ਭਾਈ ਅਸਾਂ ਸਿਰ ਦੇ ਕੇ ਅੰਮ੍ਰਿਤ ਦੀ ਦਾਤ ਲਈ ਆ, ਤੁਸੀਂ ਨਾ ਦੇ ਸਕੂੰ ਕਰੋ ਸੁਣੋ ਦਇਆ ਸਿੰਘ ਕੀ ਪੇਟ ਮੈਂ ਚੜਾਉਂਗਾ, ਸੁਣੋ ਦਇਆ ਸਿੰਘ ਕੀ ਪੇਟ ਮੈਂ ਚੜਾਉਂਗਾ। ਦੇਖੋ ਜੀ, ਪੁੱਤਰ ਬਾਰੇ, ਪਿਤਾ ਬਾਰੇ, ਮਾਤਾ ਜੀ ਬਾਰੇ, ਸਾਰੇ ਸਰਬੰਸ ਬਾਰੇ, ਦੁਨੀਆਂ ਦਾ ਕੋਈ ਇਤਿਹਾਸ ਦੇ ਵਿੱਚ ਕੋਈ ਇਹਨਾਂ ਵਰਗੀ ਮਿਸਾਲ ਨਹੀਂ। ਸਰਬੰਸ ਦਾਨੀ
ਇਨ ਪੁੱਤਰ ਕੇ ਔਰ ਕੀ ਕੀਤਾ, ਇਨ ਪੁੱਤਰ ਕੇ ਸੀਸ ਪੇ ਵਾਰ ਦੀਏ ਸੁਖ ਚਾਰ, ਚਾਰ ਮੂਹੇ ਤੋਂ ਗਿਆ ਉਗਲਾ ਜੀਵਤ ਕਈ ਹਲਾ। ਅਨੰਦਪੁਰ ਸਾਹਿਬ ਕੇਸਗੜ੍ਹ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਸਾਹਿਬਾਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਪੰਜਾਂ ਪਿਆਰਿਆਂ ਨੂੰ, ਫਿਰ ਉਹਨਾਂ ਕੋਲੋਂ ਆਪ ਮਤ ਛੱਡਿਆ ਜੀ। ਵਾਹ ਵਾਹ ਗੋਬਿੰਦ ਸਿੰਘ ਥਾਪੇ ਦੇ ਕੇ ਆ। ਹੁਣ ਗੱਲ ਹੋ ਰਹੀ ਸਿੱਖ ਇਤਿਹਾਸ ਦੇ ਸ਼ਾਨਦਾਰ ਪਰ ਦਰਦਨਾਕ, ਸਿੱਖ ਇਤਿਹਾਸ ਦੇ ਸ਼ਾਨਦਾਰ ਪਰ ਦਰਦਨਾਕ ਪੱਤਰਿਆਂ ਦੇ ਹਰ ਅੱਖਰ ਵਿੱਚੋਂ ਸ਼ਹੀਦਾਂ ਦਾ ਖੂਨ ਚੁੰਦਾ ਹੈ। ਜਰਾ ਗੌਰ ਕਰਨੀ ਫਿਰ, ਸਿੱਖ ਇਤਿਹਾਸ ਦੇ ਸ਼ਾਨਦਾਰ ਪਰ ਦਰਦਨਾਕ ਪੱਤਰਿਆਂ ਦੇ ਹਰ ਅੱਖਰ ਵਿੱਚੋਂ ਸ਼ਹੀਦਾਂ ਦਾ ਖੂਨ ਚੁੰਦਾ ਹੈ। ਉਹਨਾਂ ਦੇ ਵਿੱਚੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਸ਼ਹਾਦਤ ਦਿੱਤੀ, ਅਸੀਂ ਉਹਨਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਤਾਰ ਸਕਦੇ, ਅਸੀਂ ਮੁੱਲ ਨਹੀਂ ਚੁਕਾ ਸਕਦੇ, ਲੇਕਿਨ ਜਿਹੜਾ ਸਾਡੇ ਕੋਲ ਇੱਕ ਵੋਟ ਦਾ ਅਧਿਕਾਰ ਸਾਨੂੰ ਮਿਲਿਆ, ਅਸੀਂ ਉਹ ਵੋਟ ਆਪ ਔਰ ਜਿਸ ਤਰ੍ਹਾਂ ਉਹ ਕਹਿ ਆਪ ਜਪੋ ਔਰਾ ਨਾਮ ਚੋ, ਆਪ ਵੀ ਵੋਟ ਵੱਧ ਤੋਂ ਵੱਧ ਪਾਓ, ਆਪਣੇ ਸਾਥੀਆਂ ਨੂੰ ਜਿੱਥੇ ਜਿੱਥੇ ਆਪਣਾ ਮਤਲਬ ਹੈ ਉੱਥੇ ਉਹਨਾਂ ਨੂੰ ਕਹੋ ਵੀ ਬੀਬੀ ਖਾਲਸਾ ਭਾਈ ਜਸਵੰਤ ਸਿੰਘ ਖਾਲਸਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਆ, ਉਹਨਾਂ ਦੀ ਬੜੀ ਦੇਣ ਵਰਤਾ ਕੌਮ ਵਰਤ, ਇਸ ਕਰਕੇ ਉਹਨਾਂ ਨੂੰ ਵੱਧ ਚੜ੍ਹ ਕੇ ਵੱਧ ਤੋਂ ਵੱਧ ਵੋਟਾਂ ਪਾਓ, ਕਿਉਂਕਿ ਉਹਨਾਂ ਦੀ ਬਹੁਤ ਕੁਰਬਾਨੀ ਆ, ਅਸੀਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਚੁਕਾ ਸਕਦੇ, ਲੇਕਿਨ ਆਹ ਜਿਹੜੀ ਸਾਡੇ ਕੋਲ ਅਧਿਕਾਰ ਆ ਇਹ ਮਤਲਬ। ਦੂਸਰੀ ਗੱਲ ਇਹ ਆ ਕਿ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਹੋਰਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਮਤਲਬ ਕੁੜੀ ਮਾਰ ਅਤੇ ਨੜੀ ਮਾਰ, ਇਸ਼ਾਰਾ ਮੇਰਾ ਬੀਬੀ ਜਗੀਰ ਕੌਰ ਵੱਲ ਜੇ, ਕੁੜੀ ਮਾਰ ਅਤੇ ਨੜੀ ਮਾਰ ਮਾਰ ਨਾਲ ਕੋਈ ਸਾਡੀ ਵੋਟੀ ਰੋਟੀ ਵੋਟੀ ਦੀ ਕੋਈ ਬੇਟੀ ਦੀ ਕੋਈ ਸਾਂਝ ਨਹੀਂ, ਅੱਜ ਉਹਨੂੰ ਲਿਆ ਕੇ ਸਾਡੇ ਹਲਕੇ ਦੇ ਵਿੱਚ ਕਿੱਥੋਂ ਆਈ ਅਤੇ ਕਿੱਥੇ ਖਲਿਆਰਿਆ ਉਹਨੂੰ। ਬਾਕੀ ਜਨਰਲ ਜੇ ਜੇ ਸਿੰਘ ਹੋਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਵਕਤ ਦੀ ਨਜ਼ਾਕਤ ਨੂੰ ਪਛਾਣਿਆ ਅਤੇ ਉਹਨਾਂ ਨੇ ਆਪਣਾ ਸਮਰਥਨ ਜਾਂ ਆਪਣੀ ਮਤਲਬ ਉਹਨਾਂ ਦੇ ਅਸੀਂ ਰਿਣੀ ਹਾਂ, ਉਹ ਰਿਣੀ ਰਾਮ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪ ਵੀ ਜਿੱਥੇ ਜਿੱਥੇ ਆਪਣਾ ਮਤਲਬ ਸਾਂਝ ਹੈਗੀ ਆ ਉੱਥੇ ਉਹਨਾਂ ਨੂੰ ਬੇਨਤੀ ਕਰੋ, ਸਾਡੇ ਵੱਲੋਂ ਕਰੋ, ਆਪਣੇ ਵੱਲੋਂ ਕਰੋ, ਅਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਲਗਾਈਏ। ਇੰਨਾ ਕਹਿ ਕੇ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।